ਨੂਰਪੁਰ ਬੇਦੀ ਦੇ ਪਿੰਡ ਟਾਹਾਂ ਦੇ ਓਂਕਾਰ ਸਿੰਘ ਅਤੇ ਸੁਖਵਿੰਦਰ ਕੌਰ ਦਾ ਇਕੱਲਾ ਮੁੰਡਾ ਹੈ ਦਿਲਪ੍ਰੀਤ ਸਿੰਘ ਉਰਫ ਬਾਬਾ। ਬਚਪਨ ਤੋਂ ਹੀ ਮਾਂ ਪਿਓ ਨੇ ਚੰਗੇ ਰਾਹ ਤੇ ਤੋਰਨ ਦੇ ਲਈ ਗੁਰਬਾਣੀ ਦੇ ਲੜ ਲਾਇਆ ਅਤੇ ਦਿਲਪ੍ਰੀਤ ਅੰਮ੍ਰਿਤਧਾਰੀ ਸਿੰਘ ਵੀ ਸਜਿਆ। ਸਕੂਲੀ ਸਿੱਖਿਆ ਡੀਏਵੀ ਸਕੂਲ ਤੋਂ ਹਾਸਲ ਕਰਨ ਤੋਂ ਬਾਅਦ ਉਹ ਦੁਆਬਾ ਕਾਲਜ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਕਰ ਰਿਹਾ ਸੀ ਜਦੋਂ ਪਹਿਲੀ ਵਾਰ ਉਸਦਾ ਨਾਂ ਲੜਾਈ ਝਗੜੇ ਵਿੱਚ ਸਾਹਮਣੇ ਆਇਆ। ਝਗੜਾ ਪਿੰਡ ਦੇ ਹੀ ਲੋਕਾਂ ਨਾਲ ਸੀ। ਪਰਿਵਾਰ ਦਾਅਵਾ ਕਰਦਾ ਹੈ ਕਿ ਦਿਲਪ੍ਰੀਤ ਖੁਦ ਕਾਫੀ ਚੰਗੇ ਵਿਵਹਾਰ ਅਤੇ ਚਾਲ ਚੱਲਣ ਵਾਲਾ ਮੁੰਡਾ ਸੀ, ਪਰ ਪਿੰਡ ਟਾਹਾਂ ਦੇ ਹੀ ਦੋ ਹੋਰਨਾਂ ਗੈਂਗਸਟਰਾਂ ਜੀਤੀ ਤੇ ਪਿੰਦਰੀ ਨੇ ਜ਼ਬਰਨ ਉਸਦੇ ਨਾਲ ਝਗੜਿਆਂ ਦੀ ਸ਼ੁਰੂਆਤ ਕੀਤੀ। 18 ਸਾਲਾਂ ਦੀ ਉਮਰ ਵਿੱਚ ਦਿਲਪ੍ਰੀਤ ਦੇ ਨਾਲ ਹੋਏ ਇਨ੍ਹਾਂ ਝਗੜਿਆਂ ਦੀ ਇਤਲਾਹ ਪੁਲਿਸ ਨੂੰ ਵੀ ਕੀਤੀ ਗਈ, ਪਰ ਪਰਿਵਾਰ ਦੇ ਮੁਤਾਬਿਕ ਪੁਲਿਸ ਨੇ ਮਾਮਲੇ ਦੀ ਸੁਣਵਾਈ ਨਾ ਕੀਤੀ ਅਤੇ ਦਿਲਪ੍ਰੀਤ ਨੇ ਆਪ ਹਥਿਆਰ ਚੁੱਕ ਲਏ। ਇਕਲੌਤੇ ਬੇਟੇ ਦੇ ਜੁਰਮ ਦੀ ਰਾਹ ਤੇ ਤੁਰ ਪੈਣ ਦਾ ਗਮ ਪਿਤਾ ਤੋਂ ਵੀ ਬਰਦਾਸ਼ਤ ਨਹੀਂ ਹੋਇਆ ਅਤੇ ਸ਼ੂਗਰ ਦੀ ਬਿਮਾਰੀ ਤੋਂ ਬਾਅਦ ਓਂਕਾਰ ਸਿੰਘ ਦੀਆਂ ਕਿਡਨੀਆਂ ਵੀ ਖਰਾਬ ਹੋ ਗਈਆਂ ਅਤੇ ਓਂਕਾਰ ਸਿੰਘ ਦਾ ਦੇਹਾਂਤ ਹੋ ਗਿਆ। ਪਿਤਾ ਦੀਆਂ ਆਖਰੀ ਰਸਮਾਂ ਵਿੱਚ ਵੀ ਦਿਲਪ੍ਰੀਤ ਸ਼ਾਮਿਲ ਨਹੀਂ ਹੋ ਸਕਿਆ। ਆਪਣੇ ਪਰਿਵਾਰ ਤੋਂ ਦਿਲਪ੍ਰੀਤ ਇੰਨਾ ਦੂਰ ਹੋ ਗਿਆ ਸੀ ਕਿ ਮੁੜ ਮੁਲਾਕਾਤਾਂ ਅਦਾਲਤ ਦੀਆਂ ਪੇਸ਼ੀਆਂ ਦੌਰਾਨ ਹੀ ਹੋਈਆਂ। ਆਪਣੀ ਮਾਂ ਨੂੰ ਦਿਲਪ੍ਰੀਤ ਕਪੂਰਥਲਾ ਅਦਾਲਤ ਵਿੱਚ ਪੇਸ਼ੀ ਦੌਰਾਨ ਆਖਰੀ ਵਾਰ ਮਿਲਿਆ ਸੀ। ਇਸ ਮੁਲਾਕਾਤ ਦੇ ਬਾਅਦ ਉਸ ਨੂੰ ਰੋਪੜ ਜੇਲ੍ਹ ਭੇਜ ਦਿੱਤਾ ਗਿਆ ਅਤੇ ਰੋਪੜ ਜੇਲ੍ਹ ਤੋਂ ਪੇਸ਼ੀ ਦੌਰਾਨ ਉਸ ਨੂੰ ਛੁਡਾਉਣ ਵਿੱਚ ਉਸ ਦੇ ਸਾਥੀ ਕਾਮਯਾਬ ਹੋ ਗਏ ਅਤੇ ਦਿਲਪ੍ਰੀਤ ਫਰਾਰ ਹੋ ਗਿਆ। ਇਸ ਤੋਂ ਬਾਅਦ ਸਾਲ 2017 ਵਿੱਚ 13 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਸਰਪੰਚ ਦਾ ਕਤਲ ਕਰਕੇ ਦਿਲਪ੍ਰੀਤ ਮੁੜ ਸੁਰਖੀਆਂ ਵਿੱਚ ਆਇਆ। ਇਸ ਮਾਮਲੇ ਨੂੰ ਇੱਕ ਸਾਲ ਹੀ ਹੋਇਆ ਸੀ ਕਿ 13 ਅਪ੍ਰੈਲ 2018 ਦੀ ਰਾਤ ਨੂੰ ਪੰਜਾਬੀ ਗਾਇਕ ਪਰਮੀਸ਼ ਸ਼ਰਮਾ ਤੇ ਹਮਲਾ ਕਰਕੇ ਦਿਲਪ੍ਰੀਤ ਨੇ ਇੱਕ ਹੋਰ ਗੁਨਾਹ ਨੂੰ ਆਪਣੇ ਜੁਰਮਾਂ ਦੀ ਲੜੀ ਵਿੱਚ ਜੋੜ ਲਿਆ। ਹੁਣ 9 ਜੁਲਾਈ ਦੀ ਸਵੇਰ ਨੂੰ ਕੀਤੀ ਗਈ ਦਿਲਪ੍ਰੀਤ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਕਿਹੜੇ ਮਾਮਲੇ ਸੁਲਝਾਉਣ ਵਿੱਚ ਕਾਮਯਾਬ ਹੁੰਦੀ ਹੈ ਇਹ ਵੇਖਣਾ ਹੋਏਗਾ।